ਜੀ ਛਾਬੜੀ ਸਾਹਿਬ, ਕਿਆ ਹਾਲ ਹੈ? ਉਹ ਸਾਡੇ ਯਾਰ ਐਵੇਂ ਗੱਲ ਹੀ ਲੰਘਾ ਰਹੇ। ਸਰ ਜੀ ਕੁਛ ਤੋਂ ਬਤਾਏ। ਉਹ ਕੀ ਕਰਨਾ ਯਾਰ, ਨਾ ਆ ਰਹੇ। ਹਾਏ ਛਾਬੜੀ ਸਾਹਿਬ, ਇਤੇ ਨਾਰਾਜ਼ ਕਿਉਂ ਹੈ? ਉਹ ਬੇਟਾ ਕੀ ਦੱਸੀਏ ਤੁਹਾਨੂੰ, ਇਹ ਤੇ ਐਵੇਂ ਚੇਜ਼ੇ ਲੈਣ ਵਾਲੇ ਲੋਕ ਨੇ। ਉਹ ਤੇ ਧੀ ਬੱਚੀ ਪੁੱਤਰ ਪੁੱਤਰ ਬੇਟੇ, ਤੈਨੂੰ ਕੀ ਦੱਸੀਏ? ਹਾਂਜੀ ਹਾਂਜੀ, ਮੈਂ ਤੈਨੂੰ ਕੀ ਦੱਸਾਂ ਆਂਟੀ, ਤੈਨੂੰ ਗੱਲ ਦੱਸਣ ਦੱਸਾਂ ਕੀ ਮੈਂ ਤੈਨੂੰ? ਬੇਟਾ ਪੁੱਤਰ ਗੱਲ ਆ, ਨਹੀਂ ਇਹ ਗੱਲ ਨਹੀਂ ਹੈਗੀ, ਖਾਲੀ ਸਾਰੀ ਗੱਲ ਤੇ ਬੇੜਾ ਗਰਕਜੂ ਹੋ ਗਿਆ ਸਾਰੇ ਕਾਰੋਬਾਰ ਦਾ, ਤੇ ਬੰਦਾ ਗੱਲ ਕੀ ਕਰੇ ਇਹਨਾਂ ਚ ਬੈਠ ਕੇ। ਅਰੇ ਅਭੀ ਤੋ ਬਾਤ ਹੀ ਸ਼ੁਰੂ ਨਹੀਂ ਹੋਈ ਹੈ, ਛਾਬੜੀ ਸਾਹਿਬ ਆਪਕੋ ਬਾਤ ਕਰਨੇ ਕੇ ਲਈ ਬੁਲਾਇਆ, ਆਪ ਕਰੇ ਬਾਤ ਕਿਆ ਕਰ ਰਹੇ ਯਾਰ? ਗੱਲ ਕਿਹੜੀ ਕਰੀਏ ਜਦੋਂ ਫੁਕਰੇ ਜੂ ਹੋ ਗਏ, ਫੁਕਰੇ ਆਮਲੇਟ ਚਟਿਆਈ ਸਫੈਦੀ ਕੈਲਸ਼ੀਅਮ ਸੀਸਾ ਕੁਛ ਨਹੀਂ ਰਹਿ ਗਿਆ, ਸਾਡੀ ਟਿਓਟਾ ਜਿਹੜੀ ਹੁੰਦੀ ਸੀ ਉਹ ਵੀ ਗਈ ਪੈਦਲ ਟਿਓਟਾ। ਆਪ ਇੱਕ ਅਕੇਲੇ ਥੋੜੀ ਹੈ, ਤਾਜਰੋਂ ਕੇ ਸਾਥ ਸਾਥ ਆਵਾਮ ਕੀ ਵੀ ਚੀਖੇ ਨਿਕਲੀ ਹੋਈ ਹੈ। ਓ ਯਾਰ ਛੱਡ ਦੇ ਤੂੰ, ਤਾਜਰ ਵੀ ਆਵਾਮ ਹੀ ਹੁੰਦੇ ਨੇ, ਤਾਜਰ ਕਿਹੜਾ ਕੋ ਮਰੀਖ ਦੀ ਮਖਲੂਕ ਹੈ। ਇਹ ਤੈਨੂੰ ਦੱਸੀ ਇਹ ਕਰਨਾ ਕੀ ਪਿਆ? ਹੋਇਆ ਕੀ ਅੱਲਾ ਰਾਮ ਕਰੇ, ਹੋਇਆ ਕੀ ਫੈਕਟਰੀ ਨੂੰ ਅੱਗ ਲੱਗ ਗਈ? ਉਹ ਨਹੀਂ ਪੁੱਤਰ ਜੀ, ਗੌਰੀ ਸਾਹਿਬ ਅੰਕਲ ਤੁਸੀਂ ਗੱਲ ਸਮਝਦੇ ਨਹੀਂ ਬੇਟੇ, ਪੁੱਤਰ ਗੱਲ ਇਹ ਵੇ ਕਿ ਟੈਕਸ ਤੇ ਵੇਖੋ ਕਿੱਥੇ ਟੁੱਟ ਗਏ ਜੀ। ਹਾਂਜੀ, ਬਿਜਲੀ ਦਾ ਬਿੱਲ ਵੇਖੀ ਕਦੀ 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 ਵੇਖੀ ਆਪਣਾ ਵੀ ਬਿੱਲ, ਮੇਰੀ ਤੇ ਲੱਗੀ ਹੈ ਮੌਜ। ਉਹ ਤੇ ਬੱਚੇ ਨੂੰ ਕਹਿ ਦੇਣੇ ਨਾ ਉੱਥੋਂ ਮੇਜ਼ ਤੋਂ ਬਿੱਲ ਚੁੱਕ ਕੇ ਜਮ੍ਹਾਂ ਕਰਾਇਆ, ਤੇ ਸਾਨੂੰ ਤੇ ਆਪ ਕਰਾਉਣਾ ਪੈਂਦਾ। ਭਾਈ ਤੂੰ ਸਾਫ ਆਦਮੀ ਹੈ, ਸਾਨੂੰ ਕੀ ਪੁੱਛਣਾ ਹੈ? ਜਿਹੜੇ ਮਿਹਨਤ ਕਰਨ ਡਏ ਨੇ ਵਿਚਾਰੇ, ਸਾਨੂੰ ਕੀ ਪੁੱਛਣਾ ਤੂੰ? ਅੱਛਾ ਬਿੱਲ ਦੇ ਦੇ, ਫਾਂਗ ਹੋ ਗਏ, ਘਰ ਖਾਲੀ ਹੋ ਗਿਆ, ਸਾਰੇ ਘਰ ਦੀਆਂ ਚੀਜ਼ਾਂ ਵਿਕ ਗਈਆਂ ਬਿੱਲ ਜਮ੍ਹਾਂ ਕਰਾ ਕਰਾ ਕੇ। ਰੱਬ ਜਾਣਦਾ ਜੇ ਫਰਨੀਚਰ ਵੇਚ ਕੇ ਇੱਕ ਵਾਰੀ ਬਿੱਲ ਦਿੱਤਾ ਜੇ, ਇੱਕ ਵਾਰੀ ਤੁਹਾਨੂੰ ਕੀ ਦੱਸਾਂ ਮੈਂ, ਤੁਹਾਡੀ ਭਰਜਾਈ ਦੀ ਅੰਗੂਠੀ ਵੇਚ ਕੇ ਬਿੱਲ ਦਿੱਤਾ, ਇੱਕ ਵਾਰੀ ਉਹਦਾ ਵਿਚਾਰੀ ਦਾ ਕੈਂਠਾ ਵੇਚ ਕੇ ਬਿੱਲ ਦੇਣਾ ਪੈ ਗਿਆ, ਕਦੀ ਉਹਦੇ ਕੜੇ ਵੇਚ ਕੇ ਬਿੱਲ ਦਿੱਤਾ। ਇਹ ਹੁਣ ਆਖਰੀ ਸੁਣ ਲਓ ਯਾਰ, 12 ਜੁੱਤੀਆਂ ਸਾਡੇ ਤੁਹਾਡੀ ਭਰਜਾਈ ਦੀਆਂ, 8 ਇੰਚ ਹੀਲ ਵਾਲੀਆਂ ਇੰਪੋਰਟਡ, ਉਹ ਵੇਚ ਕੇ ਤੇ ਬਿੱਲ ਦਿੱਤਾ ਜੇ, ਬਿੱਲ ਵੱਧਦਾ ਜਾ ਰਿਹਾ, ਤੁਹਾਡੀ ਭਰਜਾਈ ਦਾ ਕੱਦ ਛੋਟਾ ਹੋ ਗਿਆ। 8 ਇੰਚ ਦੀ ਹੀਲ ਉਹਦੇ ਪੈਰਾਂ ਥੱਲੇ ਦੇ ਕੇ ਉੱਚੀ ਕੀਤੀ ਸੀ, ਉਹ ਕੱਢੀ ਤੇ ਉਹ ਫਿਰ ਥੱਲੇ ਜਾ ਪਈ ਹੈ। ਹੱਦ ਹੋ ਗਈ ਯਾਰ, ਉੱਤੇ ਭਾਬੀ ਬੇਸਮੈਂਟ ਲੱਗਦੇ ਹੋਣਗੇ। ਉਹ ਪੁੱਤਰ ਜਾਨ ਵੀ ਦੇ ਦੂੰ, ਤੂੰ ਤਾਂ ਕਰਨਾ ਜੁਗਤਾਂ, ਤੈਨੂੰ ਕੀ ਪਤਾ ਹੋਵੇ ਕਾਰੋਬਾਰੀ ਲੋਕਾਂ ਨਾਲ ਹੋਣ ਕੀ ਡਈ ਹੈ। ਅੱਲਾ ਖੈਰ, ਜਾ ਪੁੱਛੋ ਤੇ ਕੋਲੋਂ, ਜਾ ਪੁੱਛ, ਦੱਸ ਇਹਨੂੰ ਗੌਰੀ ਦੱਸੂ। ਮੈਂ ਵੀ ਦੱਸਾਂ, ਮੈਂ ਤਾਂ ਬੁਲਾਇਆ ਤੁਹਾਨੂੰ ਇਹ ਗੱਲ ਉਹਦੀ ਵੀ ਠੀਕ ਹੈ, ਹੁਣ ਤੇ ਕੋਈ ਬੋਲਦਾ ਹੀ ਨਹੀਂ ਜੇ, ਇਹ ਕੱਲਾ ਗੌਰੀ ਨਹੀਂ ਕੋਈ ਵੀ ਨਹੀਂ ਜੇ ਬੋਲਦਾ, ਚੁੱਪ ਦੜ ਮੱਤ ਜਾ। ਅੱਛਾ ਜਹਾਂ ਪੇ ਚੀਜ਼ੇ ਆਪਕੀ ਛਾਬੜੀ ਸਾਹਿਬ ਅਜ਼ਾਫਾ ਹੋ ਰਹਾ ਹੈ, ਉਸਕਾ ਰੋਣਾ ਰੋਣੇ ਕੇ ਲਈ ਆ ਜਾਤੇ ਹੈਂ। ਵਜ਼ੀਰ ਆਜ਼ਮ ਸਾਹਿਬ ਨੇ ਆਪ ਤਾਜਰੋਂ ਕੋ ਸਨਅਤਕਾਰੋਂ ਕੋ 10 ਰੁਪਏ 69 ਪੈਸੇ ਫੀ ਯੂਨਿਟ ਬਿਜਲੀ ਸਸਤੀ ਕੀ ਹੈ। ਉਹ ਯਾਰ ਛੱਡ ਦੇ ਸੂ, ਉਸ ਭਾਈ ਨੂੰ ਕੀ ਕਰਨ ਦੇ ਹੈ? ਕਿਉਂ ਵਜ਼ੀਰ ਆਜ਼ਮ ਤੇ ਬੱਬਰ ਸ਼ੇਰ ਹੀ, ਉਹਦਾ ਕੀ ਨਾਂ ਉਹਦਾ ਕੀ ਲੈਣ ਦੇ? ਹੱਦੋ ਵੀ ਤੇਰੇ ਵਾਲੀ, ਇਹ 10 ਰੁਪਈਏ ਕਰਕੇ ਘਾਟਾ, ਤੇ ਜਿਹੜਾ ਦੂਜੇ ਪਾਸੇ ਸਾਨੂੰ ਘਾਟਾ ਪਾਇਆ ਸੂ, 17 ਕਾਲਮ ਤੇ ਸਿਰਫ ਟੈਕਸ ਦੇ ਜੀ ਯਾਰ, ਬਿਜਲੀ ਦੇ ਬਿੱਲ ਚ ਦੇਖੋ ਤੇ ਸਹੀ ਜੇ ਆ ਕੇ, 200 ਰੁਪਏ ਦਾ ਬੋਝ ਕਮ ਹੋਗਾ ਆਪਕੇ ਉੱਪਰ ਸੇ। ਓ ਯਾਰ 200 ਅਰਬ ਦਾ ਉਧਰੋਂ ਬੋਝ ਘਟਾ ਕੇ ਤੇ 600 ਅਰਬ ਦਾ ਦੂਜੇ ਪਾਸਿਓਂ ਪਾਤਾ ਜੇ, ਛਾਬੜੇ ਨਿਕਲ ਗਏ ਨੇ ਰੱਬ ਜਾਣਦੇ ਹੀ, ਆ ਸੱਜੇ ਮੋਢੇ ਦੇ ਮੇਰੇ ਲੈਗਮੈਂਟ ਟੁੱਟ ਗਏ ਨੀ, ਇੰਨਾ ਬੋਝ ਪਾਇਆ ਜੀ ਇਹਨਾਂ ਨੇ। ਆਮ ਆਦਮੀ ਤੇ ਇਹ ਵੀ ਰਿਲੀਫ ਨੀ ਮਿਲਾ ਛਾਬੜੀ ਸਾਹਿਬ? ਓ ਯਾਰ ਅਸੀਂ ਵੀ ਆਮ ਆਦਮੀ ਆ, ਸਾਡੀ ਕਿਹੜੀ ਪੀ ਆਈ ਏ ਚੱਲਣ ਡਈ ਏ, ਬਲਕਿ ਪੀ ਆਈ ਏ ਵੀ ਨੀ ਚੱਲਣ ਡਈ, ਅਸੀਂ ਤੇ ਉਹਦੀ ਮਿਸਾਲ ਵੀ ਨੀ ਦੇ ਸਕਦੇ ਹੁਣ। ਛਾਬੜੀ ਸਾਹਿਬ ਬਿਜਲੀ ਚੋਰੀ ਕਰਿਆ ਕਰੋ, ਸੌਖੇ ਹੋ ਜਾਓਗੇ। ਉਹ ਪੁੱਤਰ ਗੱਲ ਤੇਰੇ ਵਾਲੀ ਠੀਕ ਹੀ,
ਔਰ ਰੱਬ ਜਾਣਦੇ ਹੀ ਅਸੀਂ ਤੇ ਇਮਾਨਦਾਰੀ ਨਾਲ ਕਾਰੋਬਾਰ ਕਰਨਾ ਚਾਹੁੰਦੇ ਹਾਂ। ਅਸੀਂ ਆਨੇ ਆ ਬਾਈ, ਅਸੀਂ ਕੋਈ ਸ਼ੈ ਚੋਰੀ ਨਹੀਂ ਕਰਦੇ, ਮਗਰ ਰੱਬ ਦਾ ਨਾਂ ਜੇ ਸਾਡੇ ਗੱਲੇ ਚੋਂ ਵੀ ਨਾ ਚੋਰੀ ਕਰੋ, ਉਹ ਕੁਝ ਤੇ ਰਹਿਣ ਦਿਓ ਇਹਦੇ ਚ। ਬਿਲਕੁਲ ਸਹੀ, ਸਾਰਾ ਕੁਛ ਹੀ ਮਲੀਆ ਮੇਟ, ਸਫੈਦੀ ਚਟਿਆਈ, ਬੈਲਜੀਅਮ ਸ਼ੀਸ਼ਾ, ਖਤਮ, ਕੁਛ ਰਿਹਾ ਹੀ ਨਹੀਂ ਯਾਰ। ਰੱਬ ਜਾਣਦਾ ਜੇ ਕਾਰੋਬਾਰੀ ਲੋਕਾਂ ਨੂੰ ਤੇ ਇਹੋ ਜਿਹਾ ਕਰ ਛੱਡਿਆ ਨੇ, ਅਗਲੇ ਭੱਜੀ ਜਾਣਦੇ ਨੇ ਬਾਹਰ ਮਸ਼ੀਨਾਂ ਵੇਚ ਵੇਚ ਕੇ। ਅਸੀਂ ਤੇ ਬੜਾ ਜ਼ੋਰ ਜ਼ੋਰ ਲਾ ਕੇ ਆਪਣੀ ਮਸ਼ੀਨ ਚਲਾਣ ਦੇ ਜੀ। ਹਾਏ ਚਾਪੜੀ ਸਾਹਿਬ, ਰੋਣਾ ਤੁਸੀਂ ਉਰਬਤ ਦਾ ਰੋਣ ਦੇ ਹੋ, ਤੇ ਚੇਨ ਤੁਸੀਂ ਸੋਨੇ ਦੀ ਪਾਈ। ਉਹ ਛੱਡਦੇ ਯਾਰ, ਫੜ ਤੂੰ ਲੈ 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 ਆ ਕੇ ਲੈ ਲੈ, ਇਹ ਅਸਲੀ ਤੇ ਵੇਚ ਛੱਡੀ ਹੋ, ਇਹ ਤੇ ਨਕਲੀ ਪਾਈ ਹੋ, ਸਵੇਰੇ ਪਾਈ ਦੀ, ਸ਼ਾਮ ਨੂੰ ਸਾਰੀ ਗਰਦਨ ਕਾਲੀ ਹੋਈ ਹੁੰਦੀ। ਰੱਬ ਜਾਣਦਾ ਤੇਰੀ ਭਰਜਾਈ ਇੱਕ ਦਿਨ ਗਰਦਨ ਵੇਖ ਕੇ ਕਹਿਣ ਡਈ ਸੀ ਛਾਬੜੀ ਮਸ਼ੀਨ ਤੇ ਆਪ ਖਲੋਣ ਲੱਗ ਪਏ। ਛਾਬੜੀ ਸਾਹਿਬ, ਇਹ ਸਾਡੇ ਸਾਰਿਆਂ ਦਾ ਵੀ ਇਹੋ ਹੀ ਹਾਲ ਏ। ਉਹ ਨਜ਼ਰ ਆਉਂਦੇ ਆ ਪੁੱਤਰ, ਨਜ਼ਰ ਆਉਂਦੇ ਆ ਵੇਲੇ ਤਾਂ ਸਾਰੇ ਨੂੰ ਆਉਂਦਾ ਨਾ, ਤੁਹਾਡੇ ਜ਼ਰਾ ਸਟਾਈਲ ਹੈਗਾ, ਜ਼ਰਾ ਦੁਨੀਆਂ ਤੱਕ ਗੱਲ ਪਹੁੰਚ ਰਹੀ ਏ, ਅਸੀਂ ਇਸ ਗੱਲੋਂ ਘੱਟ ਬੋਲ ਰਹੇ ਹਾਂ, ਇਹ ਸਾਰਿਆਂ ਦਾ ਹਾਲ ਇਹੋ ਹੀ ਏ। ਜਾਨੀ ਕਦੋਂ ਪਹੁੰਚਦੀ ਉਹ ਗੱਲ ਦੁਨੀਆਂ? ਜਾਨੀ ਨਹੀਂ ਜੇ ਮੇਰਾ ਨਾਂ ਭਾਜੀ, ਕੀ ਹੋ ਗਿਆ ਤੁਹਾਨੂੰ? ਓਏ ਯਾਰ, ਮੇਰੇ ਦਿਲਬਰ ਜਾਨੀ ਹੋ, ਤੁਸੀਂ ਕਰਨ ਕੀ ਦੇ ਹੈ? ਗੱਲ ਸਮਝ ਨਹੀਂ ਡਿਆ ਤੂੰ, ਮੈਂ ਤੇਰੇ ਨਾਲ ਗੱਲ ਕੀ ਕਰਾਂ ਅੰਕਲ? ਛਾਬੜੀ ਸਾਹਿਬ, ਬੱਚੇ ਆ ਤੁਹਾਡੇ, ਅੰਕਲ ਨਹੀਂ ਗਏ? ਓਏ ਆਹੋ ਬੱਚੇ ਅੰਕਲ, ਗੱਲ ਇਹ ਵੇ, ਜਦੋਂ ਤੁਸੀਂ ਇੱਕ ਪਾਸਿਓਂ ਕੋ ਥੋੜੀ ਜਿਹੀ ਰਿਲੈਕਸੇਸ਼ਨ ਦਿੰਦੇ ਹੋ ਤੇ ਦੂਜੇ ਪਾਸਿਓਂ ਫਿਰ ਗੱਲ ਘੁੱਟ ਲੈਂਦੇ ਹੋ ਯਾਰ, ਵੇਖੋ ਤੇ ਸਹੀ ਕਰਨ ਕੀ ਡਏ ਹੋ? ਆਪ ਯਕੀਨ ਮਾਨੇ ਆਪਣਾ ਫਰੀਦ ਪ੍ਰਾਚਾ ਸਾਹਿਬ, ਫਰੀਦ ਰਹੀ ਸਾਹਿਬ, ਫਰੀਦ ਰਹੀ ਸਾਹਿਬ, ਬਾਤ ਇਹ ਹੈ ਹਜ਼ੂਰ, ਬਾਤ ਇਹ ਹੈ ਕਿ ਜੋ ਫਾਈਲਰ ਨਾਨ ਫਾਈਲਰ ਕੀ ਇਹਨਾਂ ਨੇ ਗੇਮ ਨਿਕਾਲੀ ਸੀ, ਉਹ ਲੋਕ ਇਤਨੇ ਨਾਰਾਜ਼ ਹੈ, ਦੇਖੇ ਇਹਨਾਂ ਨੇ ਐਪਲੀਕੇਸ਼ਨ ਬਣਾਈ ਹੈ, ਤਾਜਰ ਦੋਸਤ ਐਪਲੀਕੇਸ਼ਨ, ਉਹ ਹਲੇ ਤੱਕ ਸਿਰਫ 30-35 ਹਜ਼ਾਰ ਬੰਦਾ ਉਹਦੇ ਉੱਤੇ ਚੜੇ ਆ ਜੀ ਉਸ ਐਪਲੀਕੇਸ਼ਨ ਦੇ, ਉਹ ਨੇੜੇ ਨਹੀਂ ਲੱਗਣ ਡਿਆ ਇਹਨਾਂ ਦੇ, ਦੋਸਤੀ ਕਾਹਦੀ ਕਾਹਦੀ, ਦੋਸਤ ਤਾਜਰ ਐਪਲੀਕੇਸ਼ਨ ਹੈ ਬਾਈ, ਉਹ ਤੁਸੀਂ ਸਾਰੇ ਨਾਲ ਦੋਸਤੀ ਕਰਨ ਨਹੀਂ ਡਏ, ਤੁਸੀਂ ਤੇ ਦੁਸ਼ਮਣੀ ਕੱਟਣ ਡਏ ਹੋ। ਛਾਬੜੀ ਸਾਹਿਬ, ਲੋਕ ਟੈਕਸ ਨਹੀਂ ਦੇਣਾ ਚਾਹਤੇ, ਇਹ ਬਾਤ ਆਪ ਤੈਅ ਕਰ ਲੈ, ਮਾਨ ਲੈ ਇਸ ਬਾਤ ਕੋ, ਅਗਰ ਲੋਕ ਟੈਕਸ ਦੇਣਾ ਚਾਹਤੇ ਤੋ FBR ਨਾਨ ਫਾਈਲਰਸ ਕੀ ਸਿਮ ਨਾ ਬੰਦ ਕਰਤੀ। ਓ ਮੇਰੀ ਜਾਨ, ਗੱਲ ਮੈਂ ਤੈਨੂੰ ਇੱਕ ਦੱਸਾਂ, ਜਾ ਮੈਂ ਨਹੀਂ ਦੱਸਦਾ, ਆਹੋ ਜਿਹੜੇ ਬੰਦੇ ਨੇ ਮੰਨਣੀ ਨਹੀਂ ਉਹਨੂੰ ਬੰਦਾ ਦੱਸੇ ਕਿਉਂ? ਗੱਲ ਪਤਾ ਕੀ, ਗੱਲ ਇਹ ਹੈ ਕਿ ਜਿਹੜੀਆਂ ਆਸਾਨ ਤਰੀਕਾ ਕਾਰ ਨੇ ਨਾ ਟੈਕਸ ਦੇਣ ਦੇ, ਇਹ ਜਦੋਂ ਉਹ ਬਣਾਉਣੇ ਚਾਹੁੰਦੇ ਨੇ ਨਾ, ਤੇ ਜਿਹੜੇ ਤੁਹਾਡੇ ਬਿਊਰੋਕਰੇਸੀ ਅਫਸਰ ਸ਼ਾਹੀ, ਇਹ ਫੌਰਨ ਉਹਨੂੰ ਫੇਲ ਕਰਾ ਦਿੰਦੇ ਨੇ, ਕਿਉਂਕਿ ਇਹਨਾਂ ਦੀ ਵਿਚੋਰੀ ਸ਼ਬਦ ਮਰ ਜਾਂਦੀ ਹੈ। ਇਹ ਦੇਖ ਗੱਲ ਕੈਸੀ ਕੀਤੀ ਹੈ ਕਿ ਸਾਰਿਆਂ ਦੀ ਹੋਏ ਨਿਕਲੀ, ਗੱਲ ਇਹ ਹੁੰਦੀ ਹੋ, ਗੱਲ ਇਹ ਹੁੰਦੀ ਹੋ, ਮੇਰੀ ਵੀ ਸੁਣ ਲੈ, ਉਹ ਤੇਰੀ ਕਦ ਲਈ ਸੁਣ ਲਈ, ਤੂੰ ਫੇਰ ਉਹਨਾਂ ਨੂੰ ਹੀ ਬੋਲਣਾ, ਮੱਤ ਵੱਜ ਗਈ ਲੋਕਾਂ ਦੀ, ਲੋਕੀ ਵਿਚਾਰੇ ਖੁਦਕੁਸ਼ੀਆਂ ਕਰਨ ਤੇ ਤੁਲੇ ਨੇ, ਆ ਮੇਰੇ ਸਾਹਮਣੇ ਆ, ਹੁਣ ਮੈਂ ਜਦੋਂ ਆਇਆ ਨਹਿਰ ਚ ਕੁੱਤਰੀ, 40 ਬੰਦੇ ਵੜੇ ਹਨ, ਹਟਾਉਣ ਕੀ ਮਨਜ਼ੂਰੀ ਦੇ ਦੀ ਹੈ, ਠੀਕ ਹੋ ਜਾਏਗਾ ਸਭ ਕੁਛ। ਅਸਲ ਮੈਂ ਫਰੀਦ ਸਾਹਿਬ, ਇਹ ਤਾਜਰ ਉਹੀ ਨਿਜ਼ਾਮ ਚਾਹਤੇ ਕਿ ਥੋੜੀ ਬਹੁਤੀ ਰਿਸ਼ਵਤ ਦੇ ਕੇ ਮਾਮਲਾ ਖਤਮ ਹੋ ਜਾਏ। ਤੇਰੇ ਸਦਕੇ ਜਾਵਾਂ, ਕੈਸੀ ਗੱਲ ਕੀਤੀ ਏ, ਕੈਸੀ ਗੱਲ ਕੀਤੀ ਏ, ਜਾ ਤੇਰੇ ਮੂੰਹ 'ਚ ਮਿੱਟੀ ਇਕੱਠਾ, ਗੱਲ ਤੂੰ ਕਿਹੜੀ ਕਰਨ ਡਏ ਹੈ? ਉਹ ਹਮ ਤੋ ਖੁਦ ਕਹਿ ਰਹੇ ਹੈ ਕੋ ਆਸਾਨ ਤਰੀਕਾ ਬਣਾਏ, ਹਮ ਕਬ ਰਿਸ਼ਵਤ ਦੇਣਾ ਚਾਹਤੇ ਹੈ। ਗੋਗੇ ਨੂੰ ਕੀ, ਗੋਗਾ ਤਾਂ ਸਕੂਨ 'ਚ ਹੈਗਾ, ਰਾਤ ਨੂੰ ਡਾਇਰੈਕਟ ਲਾਉਂਦਾ ਜੇ ਸੀ,
ਅੱਛਾ ਜੀ, ਇਹਨੂੰ ਫੜਵਾਉਂਦੇ ਕਿਉਂ ਨਹੀਂ ਪਏ? ਉਹ ਨਹੀਂ ਭਾਜੀ, ਮੈਂ ਛੱਤ ਉੱਤੇ ਸੌਣਾ ਜੀ। ਕੀ ਕਰਦੇ ਛੱਤ ਤੇ? ਤੂੰ ਕਿਉਂ ਸੌਣਾ, ਕਿਉਂ ਛੱਤ ਸੁੱਟਣੀ? ਉਹ ਬਾਲ ਬੱਚੇ ਦਾ ਖਿਆਲ ਕਰ ਜ਼ਾਲਮਾ, ਜਾ ਕੇ ਵੇਖ ਲੋਕੀ ਵਿਚਾਰੇ, ਰੱਬ ਜਾਣਦਾ ਜੀ ਇਹੋ ਇਹੋ ਜਿਹੇ ਜ਼ੁਲਮ ਹੁੰਦੇ ਆ। ਲੋਕੀ ਵਿਚਾਰੇ ਆਪਣੇ ਬੱਚਿਆਂ ਨੂੰ ਭੁੱਖਾ ਸੁਆਣ ਦੇ ਨੇ। ਬਾਤ ਇਹ ਹੈ ਫਰੀਦ ਸਾਹਿਬ, ਮੈਂ ਜੋ ਬਾਤ ਕਰਤਾ ਹੂੰ ਸਿੱਧੀ ਕਰਤਾ ਹੂੰ। ਛਾਬੜੀ ਸਾਹਿਬ, ਦੁਕਾਨ ਤਾਂ ਤੁਸੀਂ ਰਾਤ ਨੂੰ ਇੱਕ ਵਜੇ ਤੱਕ ਖੋਲਦੇ ਹੋ? ਓਏ ਆਹੋ ਪੁੱਤਰ, ਇੱਕ ਵਜੇ ਤੱਕ ਤੇ ਤਾਂ ਖੋਲੀ ਦੀ, ਇੱਕ ਬੰਦਾ ਹੀ ਸਾਰਾ ਦਿਨ ਕੋਈ ਨਹੀਂ ਵੜਦਾ, ਉਡੀਕਦੇ ਰਹਿੰਦੇ ਹਾਂ ਹੋਰੇ ਕੋਈ ਇੱਕ ਅੱਧਾ ਆ ਜਾਵੇ। ਬਾਤ ਹੀ ਸਾਰੀ ਖਤਮ ਹੋ ਗਈ ਹੋਈ ਹੈ। ਕੋਈ ਨਿਜ਼ਾਮ ਐਸਾ ਬਣਾਏ ਜੋ ਸਮਝ ਵੀ ਆਏ ਕਸਟਮਰ ਕੋ। ਕਸਟਮਰ ਨੂੰ ਇੱਕ ਗੱਲ ਸਮਝ ਹੀ ਨਹੀਂ ਆਉਣ ਦੀ, ਆਪ ਬਿੱਲ ਕੇ ਉੱਪਰ ਕਿਤਨਾ ਸਾਰਾ ਖਲਾਰਾ ਡਾਲ ਦਿੱਤੇ ਆ ਟੈਕਸੋ ਕਾ। ਜੀ ਬਿਲਕੁਲ, ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਇਹ ਕਾਹਦਾ ਟੈਕਸ ਤੇ, ਉਹ ਕਾਹਦਾ ਟੈਕਸ ਤੇ, ਇਹ ਕਾਹਦਾ ਟੈਕਸ ਤੇ, ਇਹ ਤੇ ਮੇਰੇ ਬੂਟ ਨੇ, ਇੱਥੇ ਵੀ ਕਿਧਰੇ ਟੈਕਸ ਹੈ। ਛਾਬੜੀ ਸਾਹਿਬ, ਹਕੂਮਤ ਨਿਜ਼ਾਮ ਬਣਾਉਣਾ ਚਾਹਤੀ ਹੈ, ਲੇਕਿਨ ਆਵਾਮ, ਤਾਜਰ, ਸਨਅਤਕਾਰ ਹਕੂਮਤ ਕੇ ਸਾਥ ਤਾਵੁਨ ਨਹੀਂ ਕਰਤੇ। ਓ ਕਾਕਾ ਜੀ, ਬਾਤ ਇਹ ਹੈ ਕਿ ਜਿਸ ਦਿਨ ਹਕੂਮਤ ਦਿਲ ਸੇ ਚਾਹੇਗੀ ਨਾ ਨਿਜ਼ਾਮ ਠੀਕ ਕਰਨਾ, ਉਸ ਦਿਨ ਹਰ ਆਵਾਮ ਕਾ ਬੰਦਾ ਵੀ ਚਾਹੇਗਾ ਕਿ ਠੀਕ ਹੈ ਹੋਣਾ ਚਾਹੀਏ। ਇਹ ਜੋ ਵੱਡੇ ਵੱਡੇ ਲੋਕ ਨੇ ਜਿਨਕਾ ਹੱਥ ਪੜਦਾ ਹੈ, ਇਹ ਆਪਣਾ ਆਪਣਾ ਉੱਲੂ ਸਿੱਧਾ ਕਰਕੇ ਨਿਕਲ ਜਾਂਦੇ ਹੈ। ਸਾਡੇ ਕੋਲ ਤਾਂ ਉੱਲੂ ਹੀ ਕੋਈ ਨਹੀਂ, ਅਸੀਂ ਸਿੱਧਾ ਕਿੱਥੋਂ ਕਰੀਏ? ਤੁਸੀਂ ਆ ਮੁਜ਼ੱਫਰ ਲਾਇਓ। ਓਏ ਕਿਹੜਾ ਉੱਲੂ ਦੇਣੇ, ਇਹਨੂੰ ਸਿੱਧਾ ਕਰਾਂਗੇ, ਇਹਦੀ ਦਵਾਈ ਦਾਰੂ ਕਰਾਂਗੇ। ਕਰਦੇ ਬਸ ਗੱਲ ਹੀ ਨਾ ਕਰ, ਨਿਜ਼ਾਮ ਹੀ ਬੜਾ ਖਰਾਬ ਹੋ ਗਏ ਹੈ। ਚਿਟਿਆਈ, ਸ਼ੀਸ਼ਾ, ਬੈਲਜੀਅਮ, ਯਾਰ ਇਹ ਤਾਂ ਦੇਖੇ ਕਿ ਅਭੀ ਤੱਕ 24-25 ਕਰੋੜ ਕੀ ਆਬਾਦੀ ਮੇਂ ਸਿਰਫ 52 ਲੱਖ ਲੋਕ ਟੈਕਸ ਰਿਟਰਨ ਜਮਾ ਕਰਾਤੇ ਹੈਂ। ਓਏ ਆਹੋ ਪੁੱਤਰੇ, 5 ਕਰੋੜ ਦੀ ਆਬਾਦੀ ਦੇ ਜਿਨ੍ਹਾਂ ਦੇ ਮੂੰਹ 'ਚ ਦੰਦ ਨਹੀਂ, ਉਹ ਵੀ ਰਲਾ ਕੇ ਬਣਦੀ ਹੈ। ਜਿਸ ਮਸਕੀਨ ਕੋਲ ਆਪਣਾ ਬੀੜ ਹੀ ਨਹੀਂ, ਉਹਨੇ ਟੈਕਸ ਕੀ ਦੇਣਾ ਹੀ? ਗੱਲ ਨਹੀਂ ਕਰਦਾ। ਹਾਂਜੀ ਹਾਂਜੀ, ਮੈਂ ਕਰ ਰਿਹਾ। ਗੱਲ ਨਹੀਂ ਕਰਦਾ ਵੀ ਅੱਗੋ ਅੱਗੇ ਕਰ ਰਹੇ ਜੀ, ਕਰ ਰਿਹਾ ਮੈਂ ਤੁਹਾਨੂੰ। ਕਦੋਂ ਕਰਨ ਦੇ ਆ, ਤੇਰਾ ਧਿਆਨ ਹੀ ਹੋ ਰਿਹਾ ਕਿੱਥੇ? ਮੈਂ ਕਰ ਰਿਹਾ, ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸਰ, ਮੈਂ ਆਪ ਬੜਾ ਪਰੇਸ਼ਾਨ ਹਾਂ। ਨਾਲੇ ਛਾਬੜੀ ਸਾਹਿਬ, ਇਹਦੇ ਦੰਦ ਹੈਗੇ ਨੇ, ਇਹਦੇ ਵਾਲ ਕੋਈ ਨਹੀਂ। ਸਰਕਾਰ ਇਹ ਐਵੇਂ ਫਜ਼ੂਲ ਪੇ ਗੱਲਾਂ ਕਰ ਰਹੇ ਨੇ, ਮੈਂ ਬੜਾ ਪਰੇਸ਼ਾਨ ਹਾਂ। ਹਾਏ ਨਹੀਂ ਛਾਬੜੀ ਸਾਹਿਬ, ਇਹ ਤੇ ਵਾਕਈ ਗੋਗਾ ਬੜਾ ਪਰੇਸ਼ਾਨ ਹੈ। ਇਹਨੂੰ ਇੱਕ ਦਫਾ ਬਿੱਲ ਆਇਆ ਤੇ ਇਹਨੇ ਪੱਖੇ ਨੂੰ ਰੱਸੀ ਪਾ ਕੇ ਤੇ ਖੁਦਕੁਸ਼ੀ ਕਰਨ ਲੱਗਾ ਹੈ। ਪੱਖਾ ਛੱਤ ਵਿੱਚੋਂ ਨਿਕਲ ਕੇ ਸਿਰ ਵਿੱਚ ਡਿੱਗਿਆ, ਇਹ ਉੱਥੇ ਹੀ ਬਹਿ ਗਿਆ। ਨਾ ਰਹੇਗਾ ਬਾਂਸ ਔਰ ਨਾ ਵਜੇਗੀ ਬਾਂਸ, ਗੱਲ ਤੇ ਉਹੀ ਹੋ ਗਈ ਨਾ। ਜਦ ਪੱਖਾ ਛੱਤ ਚੋਂ ਨਿਕਲ ਗਿਆ ਤੇ ਬਿੱਲ ਕਾਹਦਾ ਹੋਣਾ? ਆਪਣੀ ਸਾਹਿਬ, ਤੁਹਾਡਾ ਕਾਰੋਬਾਰ ਥੋੜਾ ਬਹੁਤਾ ਬਚਿਆ ਜਾਂ ਟੀਟ ਕਿਨਾਰੀ ਹੋ ਗਿਆ? ਉਹ ਪੁੱਤਰ, ਟੀਟ ਕਿਨਾਰੀ ਤੇ ਪਿਛਲੀਆਂ ਘੁੰਮਤਾਂ ਹੀ ਕਰ ਗਈਆਂ ਸਨ, ਹੁਣ ਤੇ ਬਿਲਕੁਲ ਹੀ ਦਮ ਪੁਖਤ। ਮੈਂ ਤਾਂ ਰੱਬ ਜਾਣਦਾ ਜੇ ਸੋਚ ਰਿਹਾ ਕਿ ਹੁਣ ਹੌਲੀ 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 ਸਾਰੀਆਂ ਮਸ਼ੀਨਾਂ ਵੇਚ ਕੇ ਤੇ ਘੁੱਗੂ ਘੋੜੇ ਹੀ ਲਾ ਲਵਾਂ। ਛਾਬੜੀ ਸਾਹਿਬ, ਇਹ ਤੁਸੀਂ ਮਸ਼ੀਨਾਂ ਨਾ ਵੇਚੋ, ਬਲਕਿ ਸ਼ਾਦੀਆਂ ਮਨਜ਼ੂਰ ਦੇ ਗਾਣੇ ਤੇ ਅਮਲ ਕਰੋ। ਉਹ ਕੀ ਆਂਦੇ ਨੇ ਜੀ? ਬੱਤੀਆਂ ਬੁਝਾਈ ਰੱਖਦੀ ਵੇ ਦੀਵਾ ਬਲੇ ਸਾਰੀ ਰਾਤ, ਮੇਰੇ ਆਹਣੀਆਂ ਦੀਵਾ ਬਲੇ ਸਾਰੀ ਰਾਤ। ਉਹ ਛੱਡ ਦੇ ਯਾਰ, ਛੱਡ ਦੇ ਤੂੰ ਸ਼ਾਦੀਆਂ ਮਨਜ਼ੂਰ ਨੂੰ, ਦੀਵਾ ਬਲੇ ਸਾਰੀ ਰਾਤ, ਉਹਨੇ ਤਾਂ ਕੋਈ ਮੰਨ ਤਾਂ ਮੰਨੀ ਹੋਣੀ ਹੈ। ਉਹਨੇ ਤੇ ਆਪਣਾ ਹੇਅਰ ਸਟਾਈਲ ਵੀ ਮਲੰਗਾ ਵਾਲਾ ਕਰ ਲਏ। ਦੀਵਾ ਬਲੇ ਸਾਰੀ, ਤੇ ਉਹ ਨਾਲ ਜਿਹੜਾ ਕਹਿਣ ਡਈ ਉਹ ਚੰਨ ਮੇਰੇ ਮੱਖਣਾ, ਉਤੋਂ ਕਦੀ ਕਹਿ ਦਿੰਦੀ ਹੈ ਘਰ ਆ ਜਾ ਸੋਹਣੇ ਆ, ਉਹਦੀ ਤੇ ਗੱਲ ਨਾਲ ਗੱਲ ਨਹੀਂ ਰਲਦੀ, ਤੇ ਬੰਦਾ ਉਹਦੇ ਨਾਲ ਗੱਲ ਨਹੀਂ ਰਲ ਜਾਵੇ। ਚਲੇ ਚਾਵੜੀ ਸਾਹਿਬ, ਹੌਸਲਾ ਰੱਖੇ, ਥੋੜਾ ਸਾਥ ਦੇ, ਹਾਲਾਤ ਠੀਕ ਹੋ ਜਾਏਗੇ। ਉਹ ਜੀ ਸਾਥ ਦੇ ਦਿੰਦੇ ਆ ਜਨਾਬ, ਸਾਥ ਦੇ ਦਿੰਦੇ ਆ। ਹੈਲੋ ਫੜੋ, ਇਹ ਵੀ ਰੱਖ ਲਓ ਜਨਾਬ, ਹੈਲੋ ਹੈਲੋ, ਸਾਥ ਦੇ ਦਿੰਦੇ ਆ ਜੀ, ਸਾਥ ਦੇ ਦਿੰਦੇ ਆ ਜਨਾਬ, ਸਾਥ ਦੇ ਦਿੰਦੇ ਆ ਜੀ, ਲਓ ਭਾਜੀ ਆ ਤੁਸੀਂ ਰੱਖ ਲਓ।
ਇੱਕ ਦਫਾ ਡਕੈਤੀ ਚ ਡਾਕੂ ਇੱਟ ਮਾਰ ਕੇ ਸਨ, ਉਦੋਂ ਦਾ ਮੁੰਡਾ ਲੰਗੜਾ ਕੇ ਟੁਰਦਾ। ਭਾਈ ਜੀ ਮੁੰਡਾ ਭਾਵੇਂ ਲੰਗੜਾ ਹੈ, ਤੁਸੀਂ ਨਹਿਰ ਚ ਵੀ ਗੇਂਦ ਸੁੱਟੋਗੇ ਤੇ ਫੜ ਕੇ ਲਿਆਏਗਾ।